ਹਾਂਜੀ ਚਲੋ ਜੀ ਆਪਾਂ ਸਰਦੀਆਂ ਵਿੱਚ ਬਚਣ ਲਈ ਜੇ ਅੱਜ ਬਣਾਵਾਂਗੇ ਜਿੰਜਰ ਕੈਂਡੀ ਜਿਹੜੀ ਛੋਟੇ ਬੱਚਿਆਂ ਨੂੰ ਆਪਾਂ ਦੇ ਸਕਦੇ ਆ ਇਸ ਨਾਲ ਖਾਂਸੀ ਜਿਹਾ ਕੰਮ ਬੱਚਿਆਂ ਨੂੰ ਨਹੀਂ ਲੱਗਦਾ ਤੇ ਸਰਦੀਆਂ ਵਿੱਚ ਬਹੁਤ ਹੀ ਰਾਤ ਮਿਲਦੀ ਹੈ ਇਹਦੇ ਲਈ ਆਪਾਂ ਲਿਆਏ ਜੀ 200 ਗ੍ਰਾਮ ਅਦਰ ਲੈ ਲੈਣਾ ਹੈ ਅਦਰ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਜੀ ਧੋ ਕੇ ਸੈੱਲ ਕੇ ਤੇ ਫਿਰ ਇਹਦੇ ਆਪਾਂ ਪੀਸ ਕੱਟ ਲਾਂਗੇ ਜੀ ਵੱਡੇ ਵੱਡੇ ਹੁਣ ਆਪਾਂ ਇਹਨੂੰ ਇੱਕ ਮੈਕਸੀ ਜਾਰ ਵਿੱਚ ਪਾਵਾਂਗੇ ਜੀ ਤੇ ਇਹਨੂੰ ਪੀਸ ਲਾਂਗੇ ਪਿਸਣ ਲਈ ਤੁਸੀਂ ਇਹਦੇ ਵਿੱਚ 1 ਤੋਂ 2 ਚਮਚਾ ਪਾਣੀ ਦੇ ਵੀ ਪਾ ਸਕਦੇ ਹੋ ਤੇ ਚੰਗੀ ਤਰ੍ਹਾਂ ਵਧੀਆ ਪੇਸਟ ਬਣਾ ਕੇ ਆਪਾਂ ਤਿਆਰ ਕਰ ਲੈਣੀ ਹੈ ਜੀ ਹੁਣ ਆਪਾਂ ਲਵਾਂਗੇ ਇੱਕ ਨਾਨ ਸਟਿਕ ਪੈਨ ਲਵਾਂਗੇ ਤੇ ਉਹਦੇ ਵਿੱਚ ਆਪਾਂ ਇਹ ਪੇਸਟ ਨੂੰ 1 ਮਿੰਟ ਤੱਕ ਭੁੰਨ ਲਾਂਗੇ ਜੀ ਆਪਾਂ ਨਾਨ ਸਟਿਕ ਪੈਨ ਹੀ ਲੈਣਾ ਹੈ ਤਾਂ ਜੋ ਆਪਣਾ ਜਿਹੜਾ ਮਸਰਣ ਇਹਦੇ ਵਿੱਚ ਚਿਪਕੇ ਨਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ 400 ਗ੍ਰਾਮ ਗੋੜ ਗੁੜ ਤੁਸੀਂ ਵਧੀਆ ਵਾਲਾ ਗੁੜ ਲੈਣਾ ਹੈ ਜਿਹਦੇ ਨਾਲ ਬੱਚਿਆਂ ਬੱਚਿਆਂ ਨੂੰ ਵੀ ਦੇਣਾ ਹੈ ਜਿਹਦੇ ਲਈ ਬੱਚਿਆਂ ਨੂੰ ਜਿਆਦਾ ਫਾਇਦਾ ਹੋ ਸਕੇ ਤੇ ਗੁੜ ਦੇ ਮੈਲਟ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਜੀ ਨਮਕ ਪਾਵਾਂਗੇ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਹਿਲਾਉਂਦੇ ਰਹਾਂਗੇ ਜੀ ਜਦੋਂ ਇਹ ਗੁੜ ਮੈਲਟ ਹੋ ਜਾਵੇਗਾ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਕਾਲਾ ਨਮਕ ਤੇ ਅੱਧਾ ਚਮਚ ਕਾਲੀ ਮਿਰਚ ਪਾ ਦੇਣੀ ਆ ਜੀ ਤੇ ਅੱਧਾ ਚਮਚ ਦੇਸੀ ਘਿਓ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦੇਾਂਗੇ ਤੇ ਹੁਣ ਆਪਾਂ ਇਹ ਦੇਖਣ ਲਈ ਕਿ ਇਹ ਮਿਸ਼ਰਣ ਆਪਣਾ ਤਿਆਰ ਹੋ ਗਿਆ ਹੈ ਕਿ ਨਹੀਂ ਇਸ ਲਈ ਆਪਾਂ ਇੱਕ ਸਾਦਾ ਪਾਣੀ ਲਵਾਂਗੇ ਤੇ ਉਹਦੇ ਵਿੱਚ ਥੋੜਾ ਜਿਹਾ ਮਿਸ਼ਰਣ ਸੈਟ ਕੇ ਦੇਖਾਂਗੇ ਜੇਕਰ ਇੱਕ ਬੋਲ ਦੀ ਤਰ੍ਹਾਂ ਗੋਲ-ਗੋਲ ਹੋ ਰਿਹਾ ਹੈ ਤੇ ਇਹ ਆਪਣਾ ਮਿਸ਼ਰਣ ਜਿਹੜਾ ਬਣ ਕੇ ਤਿਆਰ ਹੋ ਗਿਆ ਜੀ ਆ ਦੇਖੋ ਜੀ ਆਪਣਾ ਮਿਸ਼ਰਣ ਬਿਲਕੁਲ ਰੈਡੀ ਹੋ ਗਿਆ ਹੈ ਹੁਣ ਆਪਾਂ ਇਹਨੂੰ ਸੈਟ ਕਰਨ ਲਈ ਇੱਕ ਬਟਰਪੇਪਰ ਤੇ ਪਾਵਾਂਗੇ ਇੱਕ ਆਪਾਂ ਬਟਰਪੇਪਰ ਲੈ ਲੈਣਾ ਹੈ ਜੀ ਤੇ ਚਮਚੀ ਦੀ ਮਦਦ ਨਾਲ ਮਿਸ਼ਰਣ ਨੂੰ ਥੋੜਾ-ਥੋੜਾ ਛੱਡ ਦਿਆਂਗੇ ਤੁਸੀਂ ਆਪਣੀ ਮਨਸਿੰਦ ਕੈਂਡੀ ਦਾ ਆਕਾਰ ਦੇ ਸਕਦੇ ਹੋ ਮੈਂ ਇਸ ਤਰ੍ਹਾਂ ਗੋਲ ਹੀ ਕਰ ਦੇ ਰਹੀ ਆ ਆਪਾਂ ਇਸ ਨੂੰ ਇਸ ਤਰ੍ਹਾਂ ਗੋਲਾਕਾਰ ਚ ਛੱਡ ਦਾਂਗੇ ਤੇ ਇਹ ਇੱਕ ਦੂਜੇ ਨਾਲ ਚਿਪਕੇ ਨਾ ਇਸ ਲਈ ਆਪਾਂ ਇਹਦੇ ਉੱਤੇ ਸੁੱਕੀ ਖੰਡ ਜਿਹੜੀ ਇਹ ਪੁੱਕ ਦੇਣੀ ਹੈ ਜੀ ਉੱਪਰੋਂ ਇਸ ਤਰ੍ਹਾਂ ਇਸ ਨੂੰ ਬਸਾਉਣ ਤੋਂ ਬਾਅਦ ਇਹ ਤੇ ਸੁੱਕੀ ਖੰਡ ਪਾ ਦਾਂਗੇ ਤਾਂ ਜੋ ਇਹ ਇੱਕ ਦੂਜੇ ਨਾਲ ਨਾ ਚਿਮਕਣ ਜਿਹੜੇ ਪੂਰੀ ਤਰ੍ਹਾਂ ਸੁੱਕ ਜਾਣਗੇ ਤਾਂ ਆਪਾਂ ਇੱਕ 에ਅਰ ਟੈਟਾ ਡੱਬਾ ਲੈ ਕੇ ਜੀ ਉਹਦੇ ਵਿੱਚ ਆਪਾਂ ਇਹਨੂੰ ਰੱਖ ਸਕਦੇ ਹਾਂ ਤੇ ਇਹਨੂੰ ਆਪਾਂ 3 ਮਹੀਨੇ ਲਈ ਸਟੋਰ ਕਰ ਸਕਦੇ ਹਾਂ ਤੇ ਛੋਟੇ ਬੱਚਿਆਂ ਨੂੰ ਆਪਾਂ ਉਹਨਾਂ ਨੂੰ ਇਹ ਚੂਸਣ ਲਈ ਦੇ ਸਕਦੇ ਹਾਂ ਜਿਹਦੇ ਨਾਲ ਖਾਂਸੀ ਤੇ ਜ਼ਿਕਾਮ ਵਿੱਚ ਰਾਹਤ ਮਿਲਦੀ ਹੈ ਜੀ